ਪਿਛਲੇ ਲੰਬੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਦੇ ਸੰਬੰਧ 'ਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਹੀ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਆਂਗਣਵਾੜੀ ਵਰਕਰਾਂ ਵੱਲੋਂ ਬਜਟ ਦਾ ਵਿਰੋਧ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਅਤੇ ਬਜਟ ਦੀਆਂ ਕਾਪੀਆਂ ਵੀ ਸਾੜੀਆਂ। ਜੋ ਅਸੀਂ ਇੱਥੇ ਅੱਜ ਧਰਨਾ ਲਗਾ ਰਹੇ ਹਾਂ, ਉਹ ਸਾਨੂੰ ਜਿਹੜਾ ਬਜਟ ਪੇਸ਼ ਕੀਤਾ ਪਰਸੋਂ, ਉਸ ਦੇ ਵਿੱਚ ਸਾਡੇ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਜੋ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਜਿਹੜੇ ਤੁਹਾਡੇ ਮੰਗਾਂ ਨੇ, ਤੁਹਾਡੇ ਮਾਣ ਭੱਤੇ 'ਚ ਵਾਧੇ ਨੇ, ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। ਪਰ ਇੱਕ ਸਾਲ ਹੋ ਗਿਆ, ਸਾਡੇ ਮਾਣ ਭੱਤੇ 'ਚ ਵਾਧਾ ਦਾ ਕੀ ਕਰਨਾ ਸੀ? ਸਗੋਂ ਜਿਹੜੇ ਸਾਡੇ ਕੰਮ ਨੇ, ਜਿਹੜੀ ਸਾਡੀ 6 ਸੇਵਾਵਾਂ ਨੇ, ਉਹ ਵੀ ਸਾਤੋਂ ਖੋਈਆਂ ਜਾ ਰਹੀਆਂ ਨੇ। ਜਿਵੇਂ ਕਿ 3 ਤੋਂ 6 ਸਾਲ ਦੇ ਬੱਚੇ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਸ਼ੁਰੂ ਕਰਕੇ ਸਾਤੋਂ ਖੋ ਲਏ ਨੇ, ਅਤੇ ਹੁਣ ਅਸੀਂ ਅੱਜ ਬੱਚਿਆਂ ਤੋਂ ਬਿਨਾਂ ਆਪਣੀ ਆਂਗਣਵਾੜੀਆਂ ਚਲਾ ਰਹੇ ਹਾਂ। ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਸਾਡੇ ਨਾਲ ਬਹੁਤ ਵਾਅਦੇ ਕੀਤੇ ਸੀ ਜੀ, ਉਹ ਵਾਅਦਿਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ। ਉਲਟਾ ਜੋ ਅਸੀਂ ਸਿਹਤ ਸੇਵਾਵਾਂ 'ਤੇ ਕੰਮ ਕਰ ਰਹੀਆਂ ਸੀ ਆਂਗਣਵਾੜੀ ਵਰਕਰਸ, ਉਹ ਸੇਵਾਵਾਂ ਇੱਕ ਇੱਕ ਕਰਕੇ ਸਾਡੀਆਂ ਖੋਈਆਂ ਜਾ ਰਹੀਆਂ। ਜਿਵੇਂ ਕਿ ਹੁਣ ਪ੍ਰੀ ਸਕੂਲ ਐਜੂਕੇਸ਼ਨ ਹੈ 3 ਤੋਂ 6 ਸਾਲ ਦੇ ਬੱਚਿਆਂ ਦੀ, ਤਾਂ ਉਹ ਲੈ ਕੇ ਸਰਕਾਰੀ ਸਕੂਲਾਂ ਨੂੰ ਦਿੱਤੀ ਗਈ ਆ। ਸਾਡੇ ਇੰਨੇ ਸੰਘਰਸ਼ ਦੇ ਬਾਵਜੂਦ ਵੀ 54,000 ਆਂਗਣਵਾੜੀ ਵਰਕਰ ਹੈਲਪਰ ਅਸੀਂ ਸੜਕਾਂ 'ਤੇ ਹੈ ਜੀ, ਲਗਾਤਾਰ 7-8 ਮਹੀਨੇ ਤੋਂ ਅੱਖੋਂ ਭਰੋਖੇ ਕਰਦੇ ਹੋਏ ਸਾਨੂੰ ਜਿਹੜੇ ਉਹ ਬੱਚਿਆਂ ਦੀ ਅਸੀਂ ਮੰਗ ਕਰ ਰਹੇ ਹਾਂ ਕਿ ਵਾਪਸ ਲਓ। ਸਰਕਾਰ ਨੇ ਚਿੱਠੀਆਂ ਜਾਰੀ ਕਰ ਦਿੱਤੀਆਂ ਕਿ ਉਹ ਬੱਚੇ ਆਂਗਣਵਾੜੀਆਂ 'ਚ ਹੀ ਰਹਿਣਗੇ, ਅਤੇ ਇੱਕ ਸਿੱਖਿਆ ਪ੍ਰੋਵਾਈਡਰ ਜਾਂ ਕੋਈ ਟੀਚਰ ਆ ਕੇ 1 ਘੰਟੇ ਵਾਸਤੇ ਉਹ ਬੱਚਿਆਂ ਨੂੰ ਐਜੂਕੇਸ਼ਨ ਦੇ ਕੇ ਜਾਇਆ ਕਰੂਗਾ। ਅਸੀਂ ਪ੍ਰੋਸੈਸ ਕਰਿਆ ਜੀ, ਅਸੀਂ 2 ਮਹੀਨੇ ਹੋ ਗਏ ਸਾਨੂੰ ਬਠਿੰਡਾ ਵਿੱਤ ਮੰਤਰੀ ਦੇ ਬਾਦਲ ਦੇ ਘਰ ਮੂਹਰੇ ਬੈਠਿਆਂ ਨੂੰ, ਉਹਨਾਂ ਦਫ਼ਤਰ ਮੂਹਰੇ, ਪਰ ਸਾਡੀ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ। ਅੰਤ ਨੂੰ ਅਸੀਂ ਇੱਥੇ ਪਹੁੰਚੇ ਹਾਂ ਜੇ ਸਾਡੀ ਹੁਣ ਤੱਕ ਸੁਣਵਾਈ ਨਹੀਂ ਹੋਈ। ਅੱਜ ਅਸੀਂ ਜੇਲ੍ਹਾਂ ਜਾਊਂਗੇ, ਜੇਲ੍ਹਾਂ ਜਾਣ ਨੂੰ ਤਿਆਰ ਹਾਂ। ਅਸੀਂ ਇੱਥੇ 300 ਕੁੜੀ ਹੈ ਜਿਹੜੀ ਇੱਥੇ ਆਈ, ਬਾਕੀ ਸਾਡੀਆਂ ਪਿੱਛੇ ਰੋਕਣੀਆਂ ਕੁੜੀਆਂ ਇਹਨਾਂ ਨੇ। ਹਾਂਜੀ, ਅਸੀਂ ਫਿਰ ਬੈਰੀਗੇਡ ਤੋੜ ਕੇ ਅਸੀਂ ਇੱਥੇ ਪਹੁੰਚ ਗਏ। ਜਿਹੜਾ ਸਾਡਾ ਅੱਜ ਦਾ ਪ੍ਰੋਟੈਸਟ ਆ, ਅੱਜ ਦੇ ਪ੍ਰੋਟੈਸਟ ਦਾ ਸਾਡਾ ਸਭ ਤੋਂ ਵੱਡਾ ਮਤਲਬ ਅੱਜ ਦਾ ਰੋਸ ਪ੍ਰਦਰਸ਼ਨ ਆ, ਜਿਹੜਾ ਜ਼ਿਲ੍ਹੇ ਲੈਵਲ 'ਤੇ ਅਸੀਂ ਪੰਜਾਬ ਦੇ ਅੱਜ ਸਾਰੇ ਜ਼ਿਲ੍ਹਿਆਂ ਦੇ ਉੱਪਰ ਇਕੱਠੇ ਹੋਏ ਹਾਂ ਅਤੇ ਸਾਰੇ ਬਲਾਕ ਤਕਰੀਬਨ ਹਾਜ਼ਰ ਆ, ਅੱਜ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡਾ ਅੱਜ ਦਾ ਜਿਹੜਾ ਪ੍ਰਦਰਸ਼ਨ ਆ ਉਹ ਇਸ ਕਰਕੇ ਆ ਵੀ ਜਿਹੜਾ ਮਨਪ੍ਰੀਤ ਬਾਦਲ ਨੇ ਸਾਨੂੰ 20 ਤਰੀਕ ਨੂੰ ਜਿਹੜੀ ਅਸੀਂ ਰੈਲੀ ਕੀਤੀ ਸੀ ਆ ਹੁਣ 20 ਮਾਰਚ ਨੂੰ 4-5 ਦਿਨ ਪਹਿਲਾਂ, ਉਹਦੇ ਵਿੱਚ ਉਹਨਾਂ ਨੇ ਇਹ ਭਰੋਸਾ ਦਿੱਤਾ ਸੀ, SDO ਸੀ ਜਿਹੜੇ ਕੈਪਟਨ ਸਾਹਿਬ ਦੇ, ਉਹ ਆ ਕੇ ਮੰਗ ਪੱਤਰ ਲੈ ਕੇ ਗਏ ਸੀ। ਉਹਨਾਂ ਨੇ ਇਹ ਕਿਹਾ ਸੀ ਵੀ ਤੁਹਾਨੂੰ ਮਤਲਬ ਹਰਿਆਣਾ ਪੈਟਰਨ ਦੇ ਦਾਂਗੇ 15 ਤਰੀਕ ਤੱਕ, ਪਰ ਉਸ ਤੋਂ ਪਹਿਲਾਂ ਤੱਕ ਜਿਹੜੇ ਤੁਹਾਡੇ ਬਕਾਇਆ ਬਿੱਲ ਨੇ ਉਹ ਸਾਰੇ ਦੇਵਾਂਗੇ। 15 ਤੱਕ ਉਹ ਮਤਲਬ ਹਰਿਆਣਾ ਪੈਟਰਨ ਨੂੰ ਮੰਗੇ ਸੀ, ਪਰ ਜਦੋਂ ਅੱਜ ਬਜਟ ਦੇਖਿਆ, ਬਜਟ ਆ ਜਿਹੜਾ ਸਾਡਾ ਤਨਖਾਹ ਦੇ ਵਿੱਚ ਕੋਈ ਵਾਧਾ ਨਹੀਂ।